ਨਾਲਪੁਰਗਾ ਸੰਸਥਾ ਵੱਲੋਂ ਆਯੋਜਿਤ ਅੱਜ ਦੇ ਸੈਮੀਨਾਰ ਦੇ ਵਿੱਚ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਮੌਕਾ ਮਿਲ ਰਿਹਾ, ਕਿਉਂਕਿ ਮੈਂ ਧਰਮ ਅਰਜਨ ਦਾ ਵਿਦਿਆਰਥੀ ਹਾਂ। ਇਸ ਕਰਕੇ ਪ੍ਰਬੰਧਕਾਂ ਵੱਲੋਂ ਮੇਰੀ ਜਿਹੜੀ ਜ਼ਿੰਮੇਵਾਰੀ ਲਾਈ ਗਈ ਸੀ, ਉਹ ਇਹ ਲਾਈ ਗਈ ਸੀ ਕਿ ਤੁਸੀਂ ਧਰਮ ਅਰਜਨ ਦੇ ਵਿੱਚ ਡਾਕਟਰ ਨੇਕੀ ਹੋਣਾ ਦੀ ਜੋ ਕੰਟਰੀਬਿਊਸ਼ਨ ਬਣਦੀ ਹੈ, ਉਹ ਜਿਹੜੀਆਂ ਨਵੀਆਂ ਉਹਨੇ ਇਨਸਾਈਟਸ ਜੋ ਐਕਸਪਲੋਰ ਕਰਨੀਆਂ ਨੇ, ਤੋ ਮੈਂ ਉਸ ਨੁਕਤੇ ਨੂੰ ਧਿਆਨ 'ਚ ਰੱਖਦੇ ਹੋਏ ਆਪਣਾ ਪੇਪਰ ਲਿਖਿਆ। ਡਾਕਟਰ ਨੇਕੀ ਹੋਣੀ ਅਸੀਂ ਪ੍ਰਾਈਮੈਰਲੀ ਇੱਕ ਪੋਇਟ ਰਹੇ ਆ, ਸਕੈਂਟਿਸਟ ਰਹੇ ਆ, ਉਹਨਾਂ ਦੀਆਂ ਰਚਨਾਵਾਂ ਦਾ ਪਾਠ ਕਰਨ ਤੋਂ ਬਾਅਦ ਹੀ ਸਾਨੂੰ ਮੈਨੂੰ ਵਿਦਿਆਰਥੀ ਵਜੋਂ ਇਹ ਗੱਲ ਮੇਰੇ ਸਾਹਮਣੇ ਆਈ ਕਿ ਉਹਨਾਂ ਦੀ ਸਾਈਕੋਲੋਜੀ ਦੇ ਬਾਰੇ, ਉਹਨਾਂ ਦੀ ਧਾਰਨਾ, ਉਹਨਾਂ ਦੀ ਪੋਲੀਟਿਕਸ ਦੇ ਬਾਰੇ ਉਹਨਾਂ ਦੇ ਵਿਚਾਰ, ਅਧਿਆਤਮਵਾਦ ਨਾਲੋਂ ਇਹਨੂੰ ਅਸੀਂ ਨਖੇੜ ਕੇ ਨਹੀਂ ਰੱਖ ਸਕਦੇ। ਇਹ ਦੂਜੇ ਦੇ ਬਹੁਤ ਇੱਕ ਦੂਜੇ ਨਜ਼ਦੀਕ ਰਹਿ ਕੇ ਇਹ ਤਿੰਨੇ ਚੀਜ਼ਾਂ ਉਹਨਾਂ ਦੀਆਂ ਚੱਲਦੀਆਂ, ਪੋਇਟਰੀ, ਉਹਨਾਂ ਦੀ ਸੈਕਟਰੀ ਦੀ ਪ੍ਰੈਕਟਿਸ, ਦੈਨ ਉਹਨਾਂ ਦੀ ਸਪਿਰਚੁਅਲ ਐਕਸਪੀਰੀਅੰਸ। ਇੱਥੋਂ ਤੱਕ ਕਿ ਡਾਕਟਰ ਨੇ ਕਿਹਾ ਜਿਹੜੀ ਪਹਿਲੀ ਕਿਤਾਬ ਵੀ ਸੀ 1947 ਦੇ ਵਿੱਚ ਛਪੀ, ਉਹ ਅਰਦਾਸ ਸੀ। ਇਸ ਕਰਕੇ ਡਾਕਟਰ ਨੇਕੀ ਦੀ ਜਿਹੜੀ ਹੁਣ ਤੱਕ ਕੰਟਰੀਬਿਊਸ਼ਨ ਐਕਸਪਲੋਰ ਕੀਤਾ ਗਿਆ, ਉਹ ਪੰਜਾਬੀ ਪੋਇਟਰੀ ਦੇ ਪ੍ਰਸੰਗ ਵਿੱਚ ਤਾਂ ਕੀਤਾ ਗਿਆ, ਪਰ ਸਿੱਖ ਅਧਿਐਨ ਦੇ ਨੁਕਤੇ ਤੋਂ ਡਾਕਟਰ ਨੇਕੀ ਉਹਨਾਂ ਨੇ ਕੀ ਕੀਤਾ, ਇਹ ਅਜੇ ਤੱਕ ਇਹਨੂੰ ਵਿਚਾਰ ਅਧੀਨ ਨਹੀਂ ਲਿਆਂਦਾ ਜਾ ਸਕਿਆ। ਇਸ ਕਰਕੇ ਮੈਂ ਇਹਨੂੰ ਆਪਣੇ ਪੇਪਰ ਦਾ ਇਹ ਵਿਸ਼ਾ ਬਣਾਇਆ। ਇਹ ਸਾਡੇ ਕੋਲ ਤਿੰਨ ਬੰਦੇ ਆ, ਇਹ ਸਾਡੇ ਜਿਹੜਾ ਸਮਕਾਲੀ ਸੀਨ ਆ, ਦ੍ਰਿਸ਼ ਆ, ਇੱਕ ਡਾਕਟਰ ਗੁਰਭਗਤ ਸਿੰਘ ਹੋਣੀ ਆ। ਇਹ ਤਿੰਨੇ ਬੰਦੇ ਸਾਂਝੀ ਖਾਸੀਅਤ ਇਹ ਆ ਕਿ ਤਿੰਨੋਂ ਬੰਦੇ ਬਿਸਮਾਦ ਨੂੰ ਆਪਣੀ ਕੰਸੈਪਚੁਅਲ ਸਟੱਡੀਜ਼ ਦਾ ਕੇਂਦਰ ਬਣਾ ਕੇ ਉਹਦੇ 'ਤੇ ਕੰਮ ਕਰਦੇ। ਡਾਕਟਰ ਗੁਰਭਗਤ ਸਿੰਘ ਉਹਨਾਂ ਨੇ ਬਿਸਮਾਦ ਨੂੰ ਕੇਂਦਰ ਬਣਾਉਂਦੇ ਹੋਏ ਇਹਦੀਆਂ ਵਿਹਾਰਕ ਜੀਵਨ ਦੇ ਵਿੱਚ ਇਹਦੀਆਂ ਕੀ ਸੰਰਚਨਾਵਾਂ ਬਣ ਸਕਦੀਆਂ ਅਤੇ ਕੀ ਸਟਰਕਚਰ ਬਣ ਸਕਦੇ ਕ੍ਰਿਟੀਕਲ ਥਿਊਰੀ ਦੇ ਪੁਆਇੰਟ ਆਫ ਵਿਊ ਤੋਂ, ਉਹ ਉਹਨਾਂ ਨੇ ਪੱਕ ਸਾਡੇ ਸਾਹਮਣੇ ਲਿਆਂਦਾ। ਅਤੇ ਦੂਜੀ ਸ਼ਖਸੀਅਤ ਹਿੰਮਤ ਸਿੰਘ ਹੋਣੀ ਅੱਜ ਦੇ ਇਸ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਅੱਜ ਦੇ ਇਸ ਪ੍ਰੋਸੀਡਿੰਗ ਦੇ ਵਿੱਚ ਬੈਠੇ ਹੋਏ ਨੇ। ਇਹਨਾਂ ਦਾ ਕਿ ਜਿਹੜਾ ਬਿਸਮਾਦ ਦੀ ਆਖਰੀ ਅਵਸਥਾ ਗੁਰਬਾਣੀ ਦੇ ਰਾਹੀਂ ਸਾਨੂੰ ਮਿਲਦੀ ਹੈ, ਕੀ ਉਹਦਾ ਕੋਈ ਫਿਲੋਸੋਫੀਕਲ ਇਡੀਅਮ ਅਸਟੈਬਲਿਸ਼ ਕੀਤਾ ਜਾ ਸਕਦਾ ਪੰਜਾਬੀ ਸਟੱਡੀਜ਼ ਦੇ ਵਿੱਚ, ਸਿੱਖ ਸਟੱਡੀਜ਼ ਦੇ ਵਿੱਚ? ਇਹਨੀ ਇਸ ਗੱਲ ਨੂੰ ਸਾਹਮਣੇ ਲੈਂਦਾ। ਤੀਜੀ ਜਿਹੜੀ ਗੱਲ ਡਾਕਟਰ ਨੇਕੀ ਉਹਨਾਂ ਨੇ ਬਿਸਮਾਦ ਨੂੰ ਕੇਂਦਰ 'ਚ ਰੱਖ ਕੇ ਕੀਤੀ ਹੈ, ਉਹਨਾਂ ਨੇ ਉਹਦੀ ਜਿਹੜੀ ਪੋਇਟਿਕ ਅਸਥੈਟਿਕਸ ਆ, ਉਹਦੀ ਮਿਸਟਿਕ ਅਸਥੈਟਿਕਸ ਆ, ਉਹਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਡਾਕਟਰ ਨੇਕੀ ਉਹਨਾਂ ਨੇ। ਸੋ ਇਸ ਕਰਕੇ ਉਹਨਾਂ ਦੀ ਜਿਹੜੀ ਪੋਇਟਰੀ ਦਾ ਅਤੇ ਸਿੱਖ ਸਟੱਡੀਜ਼ ਦੇ ਬਹੁਤ ਜ਼ਿਆਦਾ ਉਹਨੇ ਪ੍ਰਭਾਵਿਤ ਕੀਤਾ, ਉਹਨਾਂ ਦੀ ਜਿਹੜੀ ਸਿੱਖ ਸਟੱਡੀਜ਼ ਦਾ ਜੋ ਕੰਟਰੀਬਿਊਟਰ ਉਹਨੇ ਕੀਤਾ, ਉਹ ਇਸ ਤਰ੍ਹਾਂ ਦਾ ਨਹੀਂ ਕਿ ਕੋਈ ਕੋਨਸੈਪਟ ਜਿਹੜੇ ਨੇ ਗੁਰਬਾਣੀ ਨੂੰ ਹਵਾਲਿਆਂ ਦੇ ਨਾਲ ਹੀ ਇੰਟਰਪ੍ਰੇਟ ਕਰੀ ਜਾਣ, ਉਹਨਾਂ ਨੇ ਉਹਦੇ ਵਿੱਚ ਕੁਝ ਨਵੀਆਂ ਚੀਜ਼ਾਂ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਆਪਾਂ ਅੱਗੇ ਡਿਸਕਸ ਕਰਾਂਗੇ। ਮੈਂ ਗੱਲ ਕਰਕੇ ਹਟਿਆ ਕਿ ਡਾਕਟਰ ਸਿੱਖ ਸਟੱਡੀਜ਼ ਦੇ ਵਿੱਚ ਜੋ ਉਹਨਾਂ ਨੇ ਲਿਖਿਆ ਜਿਹੜੀਆਂ ਰਚਨਾਵਾਂ, ਉਹਨਾਂ ਦੀ ਉਹਨੂੰ ਪੋਇਟਰੀ ਦੇ ਐਕਸਪੀਰੀਅੰਸ ਤੋਂ ਵੱਖ ਕਰਕੇ ਨਹੀਂ ਰੱਖਿਆ ਜਾ ਸਕਦਾ। ਡਾਕਟਰ ਨੇਕੀ ਉਹਨਾਂ ਦੀਆਂ ਆਪਣੀਆਂ ਲਿਖਤਾਂ ਦੇ ਮੁਤਾਬਕ ਉਹਨਾਂ ਦੀ ਇੱਕ ਯਾਤਰਾ ਚੱਲਦੀ ਹੈ ਡਾਕਟਰ ਨੇਕੀ ਦੀ ਐਕਸਪੀਰੀਅੰਸ ਦੇ ਲੈਵਲ ਦੇ ਉੱਤੇ। ਜੇ ਅਸੀਂ ਉਸ ਐਕਸਪੀਰੀਅੰਸ ਨੂੰ ਨਿਹਰਾ ਰੋਮਾਂਸਵਾਦੀ ਐਕਸਪੀਰੀਅੰਸ ਵੀ ਕਹਿ ਸਕਦੇ ਹਾਂ, ਪ੍ਰੋਜੈਕਟ ਕਰ ਸਕਦੇ ਇਸ ਤਰ੍ਹਾਂ ਕਹਿ ਕੇ ਵੀ, ਜਾਂ ਉਹਨੂੰ ਅਸੀਂ ਮਿਸਟਿਕ ਕਿਸਮ ਦੀ ਜਾਂ ਸਬਜੈਕਟਿਵਿਟੀ ਵੀ ਕਹਿ ਸਕਦੇ ਹਾਂ, ਪਰ ਜੇ ਕਿਉਂਕਿ ਡਾਕਟਰ ਨੇਕੀ ਪ੍ਰਾਈਮੈਰਲੀ ਕੋਈ ਆਪਣੇ ਆਪ ਨੂੰ ਅਧਿਆਤਮਿਕ ਪੁਰਸ਼ ਤਾਂ ਬਹੁਤੇ ਹਾਈ ਲੈਵਲ ਦਾ ਕਹਾਉਣਾ ਨਹੀਂ ਸੀ ਚਾਹੁੰਦੇ, ਬੇਸਿਕਲੀ ਉਹ ਚਿੰਤਕ ਸੀ, ਇੱਕ ਪੋਇਟ ਸੀ। ਇਸ ਕਰਕੇ ਕਿ ਚਿੰਤਕ ਜਾਂ ਪੋਇਟ ਜਦੋਂ ਅਧਿਆਤਮ ਦੇ ਕੁਝ ਇਸ਼ਾਰੇ ਦਿੰਦਾ ਜਾਂ ਉਹਦੀਆਂ ਲਿਖਤਾਂ ਸਾਨੂੰ ਆਉਂਦੇ ਆ, ਤਾਂ ਫਿਰ ਜੇ ਉਸ ਡਿਸਿਪਲਨ ਦੇ ਨਾਲ ਜੁੜੇ ਹੋਏ ਸਟੂਡੈਂਟਸ ਆ, ਰਿਸਰਚਰ ਆ, ਸਕੋਲਰ ਆ, ਤਾਂ ਉਹ ਫਿਰ ਇਸ਼ਾਰਿਆਂ ਨੂੰ ਉਹਨਾਂ ਦੀ ਫਿਲੋਸੋਫੀਕਲ ਇੰਟਰਪ੍ਰੀਟੇਸ਼ਨ ਦੇਣੀ ਜਾਂ ਉਹਨਾਂ ਦੀਆਂ ਅਕੈਡਮੀ ਦੇ ਵਿੱਚ ਉਹਦੀਆਂ ਇੰਪਲੀਕੇਸ਼ਨਸ ਲੱਭਣੀਆਂ, ਉਹ ਫਿਰ ਜ਼ਰੂਰੀ ਤੌਰ 'ਤੇ ਫਰਜ਼ ਬਣ ਜਾਂਦਾ। ਇਸ ਕਰਕੇ ਡਾਕਟਰ ਨੇਕੀ ਜੇ ਮਿਸਟਿਕ ਕਿਸਮ ਦੇ ਕੁਝ ਇਸ਼ਾਰੇ ਦਿੰਦੇ ਆ, ਤਾਂ ਉਹਦੀਆਂ ਸਿੱਖ ਸਟੱਡੀ ਦੇ ਵਿੱਚ ਫਰਦਰ ਕੀ ਵਿਸਥਾਰ ਹੋ ਸਕਦਾ, ਇਹ ਸਾਡੇ ਲਈ ਵੀ ਸਮਝਣ ਵਾਲੀ ਗੱਲ ਹੈ। ਡਾਕਟਰ ਨੇਕੀ ਉਹਨਾਂ ਦੀ ਆਪਣੀ ਲਿਖਤਾਂ ਮੁਤਾਬਕ ਜਿਹੜੀ ਉਹਨਾਂ ਦੀ ਆਪਣੀ ਯਾਤਰਾ ਚੱਲਦੀ ਹੈ, ਇਹ ਅੱਜ ਤੋਂ 1987 ਦੇ ਵਿੱਚ ਇੱਕ ਸੈਮੀਨਾਰ ਹੋਇਆ ਸੀ ਦਿੱਲੀ ਦੇ ਵਿੱਚ, ਇਹ ਪੰਜਾਬੀ ਅਕਾਦਮੀ ਦਿੱਲੀ ਨੇ ਕਰਵਾਇਆ ਸੀ, ਉਹ 'ਤੇ ਬਾਅਦ ਛਪਿਆ ਵੀ ਡਾਕਟਰ ਹਰਜੀਤ ਕੌਰ ਗਿੱਲ
ਅਜੇ ਤੁਹਾਡੇ ਦੂਜੇ ਸੈਸ਼ਨ 'ਚ ਆਉਣਗੇ, ਉਹਨਾਂ ਨੇ ਉਹ ਕਿਤਾਬ ਵੀ ਐਡਿਟ ਕੀਤੀ ਸੀ, ਉਹਨਾਂ 'ਚ ਬੜੇ ਬੜੇ ਸਕਾਲਰਸ ਦੇ ਆਰਟੀਕਲ ਆ। ਉਹਦੇ ਅਖੀਰ ਦੇ ਵਿੱਚ ਇੱਕ ਡਾਕਟਰ ਨੇ ਉਹਨਾਂ ਨੇ ਆਪਣੇ ਬਾਰੇ ਜੋ ਉਹਨਾਂ ਦੇ ਜਜਮੈਂਟਸ ਆਪਣੇ ਆਪ ਦੇ ਬਾਰੇ ਉਹਨਾਂ ਲਿਖੀ ਹੈ ਕਿ ਮੈਂ ਕੀ ਆਪਣੇ ਆਪ ਸਮਝ ਲਾਂ। ਉਹਨਾਂ ਦੀ ਯਾਤਰਾ ਸ਼ੰਕੇ ਤੋਂ ਸ਼ੁਰੂ ਹੁੰਦੀ ਹੈ, ਜਦੋਂ ਵਿਗਿਆਨ ਪਹਿਲਾਂ ਕਹਿੰਦੇ ਉਹ ਮੇਰੀ ਜਿਹੜੀ ਸ਼ਰਧਾ ਔਰਥੋਡੌਕਸੀ ਮੇਰੇ ਪਰਿਵਾਰ ਦੇ ਵਿੱਚੋਂ ਮੈਨੂੰ ਮਿਲੀ ਸਿੱਖੀ, ਪਰ ਇੱਕ ਥਾਂ ਜਦੋਂ ਮੈਂ ਸਾਇੰਸ ਦੇ ਨਾਲ ਰੂਬਰੂ ਹੋਇਆ ਤਾਂ ਸਾਇੰਸ ਨੇ ਮੇਰੇ ਧਰਮ ਦੀਆਂ ਜਿਹੜੀਆਂ ਆਧਾਰਸ਼ਿਲਾ ਸੀ ਉਹਨੂੰ ਹਿਲਾ ਕੇ ਰੱਖਤਾ, ਮੈਂ ਸਾਇੰਸ ਵੱਲ ਨੂੰ ਚੁੱਕਿਆ। ਪਰ ਕੁਝ ਸਮੇਂ ਬਾਅਦ ਮੈਨੂੰ ਲੱਗਿਆ ਕਿ ਸਾਇੰਸ ਵੀ ਜਿਹੜੇ ਮੇਰੀ ਜਰਨੀ ਦੇ ਮੇਰੀ ਕੁਐਸਟ ਦੇ ਕੁਐਸਚਨਸ ਆ ਉਹਨਾਂ ਨੂੰ ਪੂਰੀ ਤਰ੍ਹਾਂ ਸੋਲਵ ਨਹੀਂ ਕਰਦੀ। ਤਾਂ ਡਾਕਟਰ ਨੇ ਕੀ ਕਹਿੰਦੇ, ਇਸ ਤੋਂ ਬਾਅਦ ਮੈਂ ਮਾਨਵਵਾਦ ਵੱਲ ਨੂੰ ਆ ਗਿਆ, ਹਿਊਮਨਿਜ਼ਮ ਵੱਲ ਨੂੰ। ਜਦੋਂ ਸੈਕਿੰਡ ਵਰਲਡ ਵਾਰ ਹੋਈ ਤਾਂ ਜਿਹੜਾ ਹਿਊਮਨਿਜ਼ਮ ਅਤੇ ਰਾਸ਼ਟਰਵਾਦ ਦਾ ਉਹਨਾਂ ਦੇ ਮਾਇੰਡ 'ਚ ਇੱਕ ਆਦਰਸ਼ਕ ਆਦਰਸ਼ ਜਿੱਤ ਪਿਆ ਹੋਇਆ ਸੀ ਉਹ ਵੀ ਟੁੱਟ ਗਿਆ ਉਹਦੇ ਨਾਲ ਸੈਕਿੰਡ ਵਰਲਡ ਵਾਰ ਦੇ ਨਾਲ। ਉਹ ਕਹਿੰਦੇ ਫਿਰ ਮੈਂ ਸੋਚਿਆ ਕਿ ਨਹੀਂ ਸਾਈਕੋਲੋਜੀ ਪੜ੍ਹੀ ਜਾਵੇ ਕਿ ਜਿਹੜੀਆਂ ਗੱਡਾਂ ਬਾਹਰੀ ਸੰਸਾਰ ਨਹੀਂ ਖੋਲ੍ਹ ਸਕਦਾ ਉਹ ਤੁਹਾਡਾ ਮਨ ਖੋਲ੍ਹ ਸਕਦਾ, ਇਸ ਕਰਕੇ ਇਹਦੇ ਮਨ ਦੇ ਨਾਲ ਜੁੜਿਆ ਹੋਇਆ ਵਿਗਿਆਨ ਆ ਉਹਦੇ ਵਿੱਚ ਜਾਣਾ ਚਾਹੀਦਾ। ਉਹ ਪੜ੍ਹਿਆ ਉਹਨਾਂ ਨੇ, ਉਹਨੂੰ ਲੱਗਿਆ ਕਿ ਵੈਸਟਰਨ ਜਿਹੜੀ ਸਾਈਕੋਲੋਜੀ ਆ ਇਹਦੇ ਵਿੱਚ ਵੀ ਕੁਝ ਘੱਟ ਆ ਕਿ ਇੰਡੀਅਨ ਸਾਈਕੋਲੋਜੀ ਆ ਇਹਨੂੰ ਉਹ ਆਏ ਇਹਦੇ ਵਿੱਚ ਖਾਸ ਤੌਰ 'ਤੇ ਯੋਗ ਨੂੰ ਉਹਨਾਂ ਨੇ ਲਿਖਿਆ, ਯੋਗ ਬੁੱਧ ਮੱਤ ਜੈਨ ਮੱਤ ਇਹਦੀਆਂ ਸਟੱਡੀਜ਼ ਨੂੰ ਨਹੀਂ ਪੜ੍ਹਿਆ। ਦੈਨ ਇੱਥੇ ਵੀ ਉਹਨਾਂ ਦੀ ਗੱਲ ਹੈ ਜੇ ਪੂਰੀ ਤਰ੍ਹਾਂ ਸੰਤੁਸ਼ਟੀ ਨਹੀਂ, ਉਹ ਤੋਂ ਬਾਅਦ ਅੰਤ ਉਹ ਸਾਧਨਾ ਵੱਲ ਨੂੰ ਮੁੜੇ ਕਿ ਸਾਧਨਾ ਨੂੰ ਜ਼ਰੂਰ ਇਹਦੇ ਵਿੱਚ ਇਨਵੋਲਵ ਕੀਤਾ ਜਾਣਾ ਚਾਹੀਦਾ, ਭਾਵ ਸਪਿਰਚੁਅਲ ਪ੍ਰੈਕਟਿਸ ਨੂੰ। ਸੋ ਇਹ ਜਿਹੜਾ ਮੈਂ ਪੇਪਰ ਲਿਖਿਆ ਇਸ ਪੇਪਰ ਦੇ ਵਿੱਚ ਹੁਣ ਜਿਹੜੀ ਉਹਨਾਂ ਦੀ ਸ਼ੰਕੇ ਦੀ ਯਾਤਰਾ ਸ਼ੁਰੂ ਹੁੰਦੀ ਹੈ ਉਹਦੇ ਬਾਰੇ ਮੈਂ ਇੱਕ ਵਿਦਿਆਰਥੀ ਵਾਂਗੂ ਮੈਨੂੰ ਜਿਹੜਾ ਲੱਗਿਆ ਕਿ ਡਾਕਟਰ ਨੇਕੀ ਸ਼ੰਕਾ ਸ਼ੰਕੇ ਦੇ ਵਿੱਚੋਂ ਵਿਸ਼ਵਾਸ ਦੇ ਰਾਹੀਂ ਆਉਂਦੇ ਹੋਏ ਡਾਕਟਰ ਨੇਕੀ ਰਹੱਸ ਤੱਕ ਮਿਸਟਿਸਿਜ਼ਮ ਤੱਕ ਮਿਸਟਿਕ ਐਕਸਪੀਰੀਅੰਸ ਤੱਕ ਤਾਂ ਪੁੱਜ ਜਾਂਦੇ ਆ। ਉਸ ਮਿਸਟਿਕ ਐਕਸਪੀਰੀਅੰਸ ਦੇ ਵਿੱਚ ਉਹਨਾਂ ਨੂੰ ਕੁਝ ਅਗਲੇ ਇਸ਼ਾਰੇ ਵੀ ਮਿਲਦੇ ਉਹਨਾਂ ਨੂੰ ਜਿਹਨੂੰ ਅਸੀਂ ਬਿਸਮਾਦ ਕਹਿ ਸਕਦੇ ਹਾਂ, ਪਰ ਉਹ ਬਿਸਮਾਦ ਆਪਣੇ ਪੂਰੇ ਖੜਾਅ 'ਚ ਨਹੀਂ ਆ ਰਿਹਾ। ਉਹਦਾ ਕਾਰਨ ਜਿਹੜਾ ਮੈਨੂੰ ਲੱਗਿਆ ਉਹ ਇਹ ਵੀ ਸ਼ਾਇਦ ਜਿਹੜਾ ਨੇਕੀ ਡਾਕਟਰ ਨੇਕੀ ਦਾ ਸ਼ੰਕਾ ਆ ਕਿ ਉਹ ਸ਼ਾਇਦ ਵਿਜ਼ਾਲੀ ਵਾਂਗੂ ਇੱਕ ਪੂਰੀ ਜਿਹੜੀ ਵਿਕਰਾਲ ਰੂਪ ਨਹੀਂ ਧਾਰਨ ਕਰ ਰਿਹਾ ਕਿਤੇ ਨਾ ਕਿਤੇ। ਉਹਦੇ ਵਿੱਚ ਕੁਝ ਅਸਥੈਟਿਕਸ ਡਾਕਟਰ ਭੰਜ ਸਿੰਘ ਹੋਣੀ ਕਿਹਾ ਕਿ ਉਹਦੇ ਵਿੱਚ ਕੁਝ ਨੈਤਿਕਤਾ ਉਹਦੇ ਨਾਲ ਜੁੜੀ ਹੋਈ ਆ ਜਿਸ ਕਰਕੇ ਉਹ ਆਪਣੀ ਪੂਰੀ ਉਗਰਤਾ ਨਾਲ ਪੂਰੇ ਪ੍ਰਚੰਡ ਰੂਪ ਦੇ ਵਿੱਚ ਸਾਡੇ ਉਹ ਸ਼ੰਕਾ ਜਿਹੜਾ ਉਹ ਸਾਹਮਣੇ ਨਹੀਂ ਆਉਂਦਾ। ਕਿਉਂ ਜਦੋਂ ਸ਼ੰਕਾਵਾਦੀ ਤੁਸੀਂ ਬਣਾਂਗੇ ਖਾਸ ਤੌਰ 'ਤੇ ਧਰਮ ਦੇ ਨੁਕਤੇ ਨਿਗਾਹ ਤੋਂ ਤਾਂ ਸਾਡੇ 'ਤੇ ਦੋ ਤਰ੍ਹਾਂ ਦੀਆਂ ਸਾਡੀ ਦੋਹਰੀ ਸਥਿਤੀ ਜਿਹੜੀ ਆ ਇੱਕ ਸ਼ੰਕਾਵਾਦੀ ਉਹਨੂੰ ਭੁਗਣੀ ਪੈਂਦੀ ਆ। ਇੱਕ ਤਾਂ ਇਹ ਮਾਨਸਿਕ ਤੌਰ 'ਤੇ ਕੁਝ ਅਣਸੁਲਝੇ ਜਿਹੜੇ ਕੁਐਸਚਨ ਹੁੰਦੇ ਆ ਉਹ ਆਪਣਾ ਬਹੁਤ ਹੀ ਕੰਪਲੀਕੇਟਡ ਫੋਰਮ ਲੈਂਦੀਆਂ ਰਹਿੰਦੀਆਂ ਤੁਹਾਡੇ ਅੰਦਰ, ਉਹਨਾਂ ਦਾ ਕੋਈ ਸਲਿਊਸ਼ਨ ਨਹੀਂ ਲੱਭਦਾ। ਇਸ ਕਰਕੇ ਇਸ ਮਾਨਸਿਕ ਟੈਨਸ਼ਨ ਦੇ ਵਿੱਚੋਂ ਗੁਜ਼ਰਨਾ ਇਹ ਬਹੁਤ ਵੱਡੀ ਪ੍ਰੋਬਲਮ ਹੁੰਦੀ ਸ਼ੰਕਾਵਾਦੀ। ਦੂਜੀ ਗੱਲ ਧਰਮ ਦੇ ਕੰਟੈਕਸਟ ਵਿੱਚ ਸ਼ੰਕਾਵਾਦੀ ਨੂੰ ਜਿਹੜੇ ਸੋਸ਼ਲ ਪ੍ਰੈਸ਼ਰ ਹੁੰਦੇ ਆ ਉਹ ਵੀ ਸਹਿਣੇ ਪੈਂਦੇ ਆ, ਉਹਦੇ ਵਿੱਚੋਂ ਵੀ ਨਿਕਲਣਾ ਪੈਂਦਾ। ਉਹ ਤੋਂ ਬਾਅਦ ਜਾ ਕੇ ਫਿਰ ਸਪਿਰਚੁਅਲ ਐਕਸਪੀਰੀਅੰਸ ਨਹੀਂ ਆ ਕੇ ਕੀ ਸ਼ੇਡਸ ਉਹ ਲੱਭਦਾ ਕਿ ਨਹੀਂ ਲੱਭਦਾ ਇਹ ਵੱਖਰੀ ਗੱਲ ਆ। ਡਾਕਟਰ ਨੇ ਕੀ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਇਸ਼ਾਰੇ ਵੀ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਸਾਨੂੰ ਮਿਲਦੇ ਆ, ਅਤੇ ਇਹ ਜੇਕਰ ਖਾਸ ਤੌਰ 'ਤੇ ਧਰਮ ਅਧਿਐਨ ਦੇ ਨਾਲ ਜੁੜੇ ਹੋਏ ਸਕਾਲਰ ਆ ਰਿਸਰਚਰ ਆ ਉਹਨਾਂ ਨੂੰ ਵੀ ਲੱਭਣੇ ਚਾਹੀਦੇ ਕਿ ਉਹਨਾਂ ਦੀ ਸ਼ੰਕੇ ਦੀ ਯਾਤਰਾ ਸਪਿਰਚੁਅਲ ਐਕਸਪੀਰੀਅੰਸ ਆ ਅੱਗੇ ਫਰਦਰ ਕਿੰਨੀਆਂ ਕਿ ਇਹ ਡਾਇਵਰਟ ਹੁੰਦਾ ਜਾਂ ਇਹਦੀਆਂ ਅੱਗੇ ਕੀ ਫੋਰਮਸ ਇਹਦੀ ਜਿਹੜੀਆਂ ਅੱਗੇ ਬਣਦੀਆਂ ਆ। ਇਹ ਡਾਕਟਰ ਨੇ ਕਿਉਂ ਜੇ ਮੇਰਾ ਪੇਪਰ ਆ ਇਹ ਗੁਰਮਤਿ ਸਿਧਾਂਤਕਾਰੀ ਪ੍ਰਕਿਰਤੀ ਅਤੇ ਪ੍ਰਸਾਰ, ਇਹ ਮੈਨੂੰ ਇਹਦੇ ਵਿੱਚ ਕੁਝ ਕੁ ਸੂਤਰ ਮੈਂ ਉਹਨਾਂ ਦੇ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੀਆਂ 8-10 ਬੁੱਕਸ ਆ ਜਿਹੜੀਆਂ ਉਹ ਸਿੱਖ ਸਟੱਡੀਜ਼ ਦੇ ਨਾਲ ਹੀ ਰਿਲੇਟਡ ਆ, ਅਤੇ ਜਿਹੜੀ ਮੈਨੂੰ ਉਹਨਾਂ ਦੀ ਸਭ ਨੂੰ ਮਾਸਟਰ ਪੀਸ ਉਹਨਾਂ ਦਾ ਲੱਗਿਆ ਉਹ ਸਦਾ ਵਿਕਾਸ ਉਹਨਾਂ ਦੀ ਕਿਤਾਬ ਜਿਹੜੀ ਉਹ ਮੈਨੂੰ ਲੱਗੀ ਹੈ। ਜਿਹੜਾ ਪ੍ਰਮੁੱਖ ਨੁਕਤਾ ਉਹਨਾਂ ਦੇ ਸਾਹਮਣੇ ਸਿੱਖ ਅਧਿਐਨ ਦੀ ਗੁਰਮਤਿ ਸਿਧਾਂਤਕਾਰੀ ਦੇ ਮੂਲ ਪ੍ਰਸ਼ਨ ਆ ਉਹਨਾਂ ਸਾਹਮਣੇ ਉਹ ਇਹ ਹੈ ਕਿ ਕੀ ਗੁਰਬਾਣੀ ਦਾ ਦਰਜਾ ਕੀ ਹੈ, ਕੀ ਗੁਰਬਾਣੀ ਨੂੰ ਇੱਕ ਕਾਵਿ ਦਾ ਦਰਜਾ ਦਿੱਤਾ ਜਾਵੇ ਜਾਂ ਇਹਨੂੰ ਸਿੱਧੇ ਸਪਿਰਚੁਅਲ ਐਕਸਪੀਰੀਅੰਸ ਕਹਿ ਦਿੱਤਾ ਜਾਵੇ। ਡਾਕਟਰ ਹਰਭਜਨ ਸਿੰਘ ਹੋਣਾ ਨੇ ਇਸ ਉਹਨਾਂ ਦੀ ਇਸ ਗੱਲ ਦੇ ਵਿੱਚ ਇਹਨਾਂ ਦੋਹਾਂ ਦਾ ਕਾਊਂਟਰ ਕੀਤਾ, ਇਹਨਾਂ ਦੋਹਾਂ ਦਾ ਇਹ ਦੋ ਪਰਸਨੈਲਿਟੀਜ਼ ਆ ਸਾਡੇ ਸਾਹਮਣੇ, ਇਹਨਾਂ ਦੋਹਾਂ ਡਾਕਟਰ ਹਰਭਜਨ ਸਿੰਘ ਅਤੇ ਡਾਕਟਰ ਨੇਕੀ ਇਹਨਾਂ ਦੋਹਾਂ ਨੇ ਦਿੱਲੀ ਸਕੂਲ ਦੇ ਡਾਕਟਰ ਜਗਵੀਰ ਸਿੰਘ ਹੋਣੀ ਬੈਠੇ ਇਸ ਸਕੂਲ ਤੋਂ
ਇਹਨਾਂ ਨੇ ਵੀ ਇਹ ਗੱਲ ਨੂੰ ਅੱਗੇ ਲਿਆਂਦਾ। ਡਾਕਟਰ ਸਤਿੰਦਰ ਸਿੰਘ ਨੂਰੇ ਅਗਲੀ ਗੱਲ ਇਹਨਾਂ ਨੇ ਲਿਆਂਦੀ ਹੈ ਕਿ ਗੁਰਬਾਣੀ ਦੇ ਦਰਜੇ ਦੇ ਦਾ ਕਾਵਿ ਸ਼ਾਸਤਰੀ ਦਾ ਵਿਧੀ ਵਿਧਾਨ ਆ, ਇਹ ਕੀ ਬਣਾਇਆ ਜਾਣਾ ਚਾਹੀਦਾ। ਡਾਕਟਰ ਨਿੱਕੀ ਉਹਨਾਂ ਦਾ ਜਿੱਥੋਂ ਤੱਕ ਸਵਾਲ ਹੈ, ਉਹਨਾਂ ਨੇ ਡਾਕਟਰ ਹਰਭਜਨ ਸਿੰਘ ਉਹਨਾਂ ਦੇ ਨਾਲ ਉਹਨਾਂ ਦਾ ਡਾਇਲੋਗ ਚੱਲਿਆ ਇਸ ਸੰਦਰਭ ਦੇ ਵਿੱਚ, ਉਹ ਇਹ ਡਾਇਲੋਗ ਬਹੁਤ, ਹਾਲਾਂਕਿ ਉਹਦੇ ਫਰਦਰ ਇੰਪਲੀਕੇਸ਼ਨਸ ਜਾਂ ਉਹਦੇ ਫਰਦਰ ਇੰਟਰਪ੍ਰੀਟੇਸ਼ਨ ਦੀ ਸਾਡੇ ਸਾਹਮਣੇ ਆ, ਮੈਂ ਫੜੀ ਉਹਦੇ ਸਾਹਮਣੇ ਆਈ ਮੇਰੇ, ਪਰ ਉਹ ਡਾਇਲੋਗ ਜਿੱਥੋਂ ਸ਼ੁਰੂ ਹੋਇਆ ਉਹ ਬਹੁਤ ਸੋਹਣੇ ਰੂਪ ਦੇ ਵਿੱਚ ਹੋਇਆ। ਜਿਵੇਂ ਡਾਕਟਰ ਨੇ ਕੀ ਇਹ ਗੱਲ ਮੰਨਦੇ ਆ ਕਿ ਜਿਹੜੀ ਗੁਰਬਾਣੀ ਆ, ਜੇ ਤੁਸੀਂ ਇਹਨੂੰ ਕਾਵਿ ਨਹੀਂ ਕਹੋਗੇ, ਇਹਨੂੰ ਸਪਿਰਚੁਅਲ ਐਕਸਪੀਰੀਅੰਸ ਤੱਕ ਰੱਖ ਦੋਗੇ, ਤਾਂ ਇਹਦਾ ਜਿਹੜਾ ਆਮ ਜੀਵਨ ਆ ਉਹਦੇ ਨਾਲ ਇਹਦੀ ਨੇੜਤਾ ਨਹੀਂ ਬਣ ਸਕੇਗੀ। ਇਸ ਕਰਕੇ ਤੁਸੀਂ ਕਾਵਿ ਤੁਹਾਨੂੰ ਕਹਿਣਾ ਪਏਗਾ, ਇਹਨੂੰ ਦਾਰਸ਼ਨਿਕ ਕਾਵਿ ਕਹਿ ਲਓ। ਡਾਕਟਰ ਨੇ ਕੀ ਉਹ ਇਸ ਮਤ ਦੇ ਜਿਹੜੇ ਸਮਰਥਕ, ਜੇ ਡਾਕਟਰ ਹਰਭਜਨ ਸਿੰਘ ਹੋਣੀ ਆ ਉਹ ਕਹਿੰਦੇ ਕਿ ਜੇ ਗੁਰਬਾਣੀ ਨੂੰ ਕਾਵਿ ਹੀ ਕਹਿਣਾ ਤਾਂ ਫਿਰ ਕਾਵਿ ਤਾਂ ਪੁਰਾਣੇ ਸਮੇਂ 'ਚ ਵੀ ਇੱਕ ਪ੍ਰਚਲਿਤ ਬੰਦਗੀ ਰਹੀ ਹੈ, ਕਿ ਗੁਰੂ ਸਾਹਿਬ ਨੇ ਖੁਦ ਕਾਵਿ ਕਿਉਂ ਨਹੀਂ ਕਿਹਾ, ਇਹਨੂੰ ਬ੍ਰਹਮ ਗਿਆਨ ਦਾ ਕਿਉਂ ਇਹਨੂੰ ਕਿਹਾ। ਦੂਜੀ ਗੱਲ ਇਹ ਕਿ ਜਿਹੜਾ ਜੇ ਕਾਵਿ ਇਹਨੂੰ ਤੁਸੀਂ ਮੰਨਣਾ ਹੀ ਆ, ਫਿਰ ਡਾਕਟਰ ਨੇ ਕੀ ਉਹਨਾਂ ਦੀ ਇੱਕ ਕਿਤਾਬ ਆ, ਨਾ ਇਹ ਗੀਤ ਨਾ ਵਿਰਹੜਾ, ਫਿਰ ਤੁਸੀਂ ਆਪਣੇ ਜਿਹੜਾ ਆਪ ਲਿਖਿਆ ਹੋਇਆ ਉਹਨੂੰ ਨਾ ਗੀਤ ਨਾ ਵਿਰਹੜਾ ਇਹਨੂੰ ਤੁਸੀਂ ਇਸ ਡਿਊਲਿਟੀ ਦੇ ਵਿੱਚ ਕਿਉਂ ਰੱਖ ਰਹੇ ਹੋ, ਇੱਕ ਦੋਨਾਂ 'ਚ ਕੁਛ ਵੀ ਨਹੀਂ, ਫਿਰ ਇਹਨੂੰ ਵੀ ਕਾਵਿ ਕਹੋ ਤੁਸੀਂ। ਜੇ ਗੁਰਬਾਣੀ ਨੂੰ ਕਾਵਿ ਮੰਨਦੇ ਹੋ, ਵੀ ਆਪਣੀ ਜਿਹੜੀ ਰਾਈਟਿੰਗ ਦੋ ਦੇ ਰਹੇ ਹੋ ਪੋਇਟਰੀ, ਉਹਨੂੰ ਵੀ ਤੁਸੀਂ ਕਾਵਿ ਦੇ ਵਿੱਚ ਰੱਖੋ। ਜੇ ਤੁਸੀਂ ਗੁਰਬਾਣੀ ਨੂੰ ਕਾਵਿ ਕਹਿ ਸਕ ਕੀ ਤੁਸੀਂ ਜੇ ਗੁਰਬਾਣੀ ਨੂੰ ਕਾਵਿ ਕਹਿੰਦੇ ਹੋ, ਫਿਰ ਬਾਕੀ ਕਾਵਿ ਨੂੰ ਤੁਸੀਂ ਗੁਰਬਾਣੀ ਦੇ ਬਰਾਬਰ ਦਾ ਦਰਜਾ ਦੇ ਸਕਦੇ ਹੋ। ਇਹ ਦੋ ਪਰਸਨੈਲਿਟੀਜ਼ ਦੀ ਜਿਹੜੀ ਆਪਸੀ ਬਹਿਸ ਆ, ਇਹ ਸਾਡੇ ਸਿੱਖਿਆ ਦੇ ਵਿਦਿਆਰਥੀਆਂ ਲਈ ਬਹੁਤ ਹੀ ਇੰਪੋਰਟੈਂਟ ਆ ਅਤੇ ਬਹੁਤ ਹੀ ਇੰਟਰਸਟਿੰਗ ਆ, ਅਤੇ ਇਹਨਾਂ ਨੂੰ ਸਾਨੂੰ ਇਹ ਲੱਭਣ ਵਾਲੀ ਗੱਲ ਆ। ਇਹਦੀਆਂ ਫਰਦਰ ਜਿਹੜੀਆਂ ਕੁਐਰੀਜ਼ ਆ ਉਹ ਅਜੇ ਮੇਰੇ ਧਿਆਨ 'ਚ ਨਹੀਂ ਆਈਆਂ। ਇਹ ਗੱਲ ਉੱਥੇ ਕਿ ਥੋੜ੍ਹੀ ਇੱਕ ਨਾ ਬਲੌਕ ਜੀ ਹੋਈ ਹੈ ਇਹ ਗੱਲ, ਇਹਨੂੰ ਅੱਗੇ ਅਜੇ ਪੂਰੀ ਤਰ੍ਹਾਂ ਇਹ ਸਿੱਖ ਅਧਿਐਨ ਦੇ ਵਿੱਚ ਅਸੀਂ ਜਿਹੜੇ ਅਸੀਂ ਸਿੱਖ ਅਧਿਐਨ ਦੇ ਜ਼ਿੰਮੇਵਾਰ ਵਿਅਕਤੀ ਹਾਂ ਉਹਨਾਂ ਨੇ ਉਸ ਤਰ੍ਹਾਂ ਜੇ ਅੱਗੇ ਐਕਸਪਲੋਰ ਇਹਨੂੰ ਨਹੀਂ ਕਰ ਸਕੇ ਸੀ। ਇਹ ਜਿਹੜੀ ਸੈਕਿੰਡ ਉਹਨਾਂ ਦਾ ਸੂਤਰ ਹੈ ਇਸ ਸੰਬੰਧੀ, ਕਿ ਭਾਈ ਵੀਰ ਸਿੰਘ ਨੇ ਇੱਕ ਤਜਰਬਾ ਕੀਤਾ ਸੀ ਸਿੱਖ ਅਧਿਐਨ ਦੇ ਖੇਤਰ ਵਿੱਚ, ਕਿ ਜਦੋਂ ਮਾਡਰਨ ਸਿਸਟਮ ਪੰਜਾਬ ਦੇ ਵਿੱਚ ਇੰਟਰੋਡਿਊਸ ਹੋ ਰਿਹਾ ਸੀ ਅਤੇ ਜਿਹੜੀ ਸਾਡੀ ਇੱਕ ਟ੍ਰੈਡੀਸ਼ਨਲ ਸਿਸਟਮ ਸੀ ਅੰਡਰਸਟੈਂਡਿੰਗ ਦੇ, ਲਾਈਫ ਦੇ ਅਤੇ ਪੜ੍ਹਾਈ ਲਿਖਾਈ ਦੇ, ਉਹ ਮਾਡਰਨਿਟੀ ਦੇ ਨਾਲ ਉਹਨਾਂ ਦੇ ਥੋੜ੍ਹੇ ਥੋੜ੍ਹੇ ਕਲੈਸ਼ ਸਾਹਮਣੇ ਆ ਰਹੇ ਸੀ। ਭਾਈ ਵੀਰ ਸਿੰਘ ਹੋਣੀ ਇਹ ਕੋਸ਼ਿਸ਼ ਕੀਤੀ ਸੀ ਕਿ ਕਿਸੇ ਤਰ੍ਹਾਂ ਮਾਡਰਨਿਟੀ ਦਾ ਸਿੱਖ ਅਧਿਐਨ ਦੇ ਵਿੱਚ ਜਿਹੜੀ ਸਾਧਨਾ ਪੱਖ ਆ ਸਪਿਰਚੁਅਲ ਐਕਸਪੀਰੀਅੰਸ ਦਾ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਦੀ ਹਾਜ਼ਰੀ ਲਵਾਈ ਜਾਵੇ, ਉਹਦਾ ਵੀ ਦਖਲ ਬਣਾਇਆ ਜਾਵੇ, ਕਿ ਜਿਹੜਾ ਨਿਰੀ ਕੰਸੈਪਚੁਅਲ ਸਟੱਡੀਜ਼ ਆ ਇਹ ਸਾਨੂੰ ਕਿਸੇ ਇੱਕ ਖਾਸ ਹੱਦ ਤੱਕ ਲਿਜਾ ਕੇ ਇਹ ਥਕਾ ਵੀ ਸਕਦੀਆਂ ਹੈ। ਭਾਈ ਵੀਰ ਸਿੰਘ ਤੋਂ ਬਾਅਦ ਜਦੋਂ ਭਾਈ ਵੀਰ ਸਿੰਘ ਨੇ ਇਹ ਗੱਲ ਦਾਖਲ ਕਰਾਈ, ਸਪਿਰਚੁਅਲ ਐਕਸਪੀਰੀਅੰਸ ਵੀ ਹੋਣਾ ਚਾਹੀਦਾ, ਇਸ ਕਰਕੇ ਜਦੋਂ ਉਹ ਸ੍ਰੀ ਸੰਥਿਆ ਉਹਨੇ ਲਿਖੀ ਗੁਰੂ ਗ੍ਰੰਥ ਸਾਹਿਬ ਦੀ, ਜਦੋਂ ਹਰੇਕ ਬਾਣੀ ਦੇ ਨਾਲ ਹਰੇਕ ਸ਼ਬਦ ਦੇ ਨਾਲ ਉਹਦਾ ਸਾਧਨਾ ਪੱਖ ਵੀ ਨਾਲ ਨਾਲ ਉਹ ਲਿਖ ਰਹੇ ਆ ਸੰਥਿਆ ਦੇ ਵਿੱਚ ਇੰਟਰਪ੍ਰੀਟੇਸ਼ਨ ਦੇ ਵਿੱਚ। ਉਸ ਤੋਂ ਬਾਅਦ ਜੋ ਗੱਲ ਇਹ ਵਾਪਰੀ, ਸਾਡੀਆਂ ਯੂਨੀਵਰਸਿਟੀਜ਼ ਅਕੈਡਮੀ ਅਸਟੈਬਲਿਸ਼ ਹੋਈ, ਇਸ ਅਕੈਡਮੀ ਦਾ ਜਿਹੜਾ ਫੋਰਮੈਟ ਅਸਟੈਬਲਿਸ਼ ਇਹਨੇ ਲਿਆ ਬਰੋ ਕੀਤਾ, ਉਹ ਵੈਸਟਰਨ ਸੁਭਾਅ ਵਾਲਾ ਸੀ ਅਤੇ ਵੈਸਟਰਨ ਸੁਭਾਅ ਵੀ ਖਾਸ ਤੌਰ 'ਤੇ ਇਨਲਾਈਟਨਮੈਂਟ ਜਿਹੜੀ ਏਜ ਆ ਉਹਦੇ ਤੋਂ ਬਹੁਤ ਜ਼ਿਆਦਾ ਇੰਸਪਾਇਰਡ ਸੀ। ਤੋ ਅਲਟੀਮੇਟਲੀ ਭਾਈ ਵੀਰ ਸਿੰਘ ਦੀ ਜਿਹੜੀ ਗੱਲ ਸੀ ਉਹ ਥੋੜ੍ਹੀ ਜਿਹੀ ਪਿਛਾਂ ਰਹਿ ਗਈ ਅਤੇ ਜਿਹੜੀ ਅਕੈਡਮੀ ਦਾ ਇੱਕ ਫੋਰਮਲ ਰੂਪ ਸੀ, ਕਿਉਂਕਿ ਅਕੈਡਮੀ ਸਾਨੂੰ ਲੋਜੀਕਲ ਸਰਟਨਟੀ ਦਿੰਦੀ ਹੈ, ਜਿਹੜੀ ਲੋਜੀਕਲ ਸਰਟਨਟੀ ਹੈ ਇਹ ਸਾਨੂੰ ਬਹੁਤ ਜ਼ਿਆਦਾ ਅਟਰੈਕਟ ਕਰਦੀ ਹੈ, ਅੜੀ ਰਿਫਾਈਨਡ ਅਸਥੈਟਿਕਸ ਆ ਮਟੀਰੀਅਲ ਦੀ ਇਹ ਸਾਡੇ 'ਤੇ ਬਹੁਤ ਜ਼ਿਆਦਾ ਅਸਰ ਅੰਦਾਜ਼ ਹੁੰਦੀ ਹੈ, ਇੱਕ ਮਨੁੱਖੀ ਸੀਮਾ ਆ ਇਹ। ਇਹ ਤੋਂ ਸਾਡੀ ਅਕੈਡਮੀ 'ਚ ਇਹ ਸੁਭਾਅ ਬਣਿਆ। ਹੁਣ ਡਾਕਟਰ ਨੇਕੀ ਇਸ ਅਕੈਡਮੀ ਦੇ ਵਿੱਚ ਉਹ ਪਰਸਨੈਲਿਟੀ ਆ, ਜਦੋਂ ਉਹਨਾਂ ਦੀ ਅਸੀਂ ਰਚਨਾਵਾਂ ਪੜ੍ਹਦੇ ਹਾਂ ਤਾਂ ਸਾਨੂੰ ਇਹ ਗੱਲ ਉਹਨਾਂ ਦੀ ਰਚਨਾਵਾਂ ਦੇ ਵਿੱਚ ਵਾਰ ਵਾਰ ਸਾਡੇ ਸਾਹਮਣੇ ਆਏਗੀ, ਉਹ ਸਪਿਰਚੁਅਲ ਐਕਸਪੀਰੀਅੰਸ ਦੇ ਉਹਨਾਂ ਨੂੰ ਕੁਝ ਇਸ਼ਾਰੇ ਮਿਲਦੇ ਆ। ਮੈਂ ਦੱਸਿਆ ਜੇ ਮੈਂ ਪਹਿਲਾਂ ਗੱਲ ਰਿਪੀਟ ਕੋਈ ਫਿਰ ਕਰ ਦੇਵਾਂ, ਅਸੀਂ ਇਹਨਾਂ ਦੀ ਗੱਲ ਨੂੰ ਮਿਸਟਿਕ ਸਬਜੈਕਟਿਵਿਟੀ ਵੀ ਕਹਿ ਸਕਦੇ ਹਾਂ ਜਾਂ ਨਿਰਾ ਰੋਮਾਂਸਬੱਦੀ ਅਨੁਭਵ ਵੀ ਕਹਿ ਕੇ ਥੋੜ੍ਹਾ ਜਿਹਾ ਅਸੀਂ ਪਰੇ ਕਰ ਸਕਦੇ ਹਾਂ, ਪਰ ਕਿਉਂਕਿ ਪ੍ਰਾਈਮਰਲੀ ਉਹ ਸਕੋਲਰ ਆ ਇੱਕ ਸਿੱਖ ਸਟੱਡੀਜ਼ ਦੇ, ਇਸ ਕਰਕੇ ਉਹਨਾਂ ਦੀ ਗੱਲ ਨੂੰ ਇੱਕ ਸਟੂਡੈਂਟ ਵਾਂਗੂ, ਇੱਕ ਵਿਦਿਆਰਥੀ ਵਾਂਗੂ, ਇੱਕ ਵਿਦਿਆਰਥੀ ਵਾਂਗੂ ਪੜ੍ਹਨਾ ਮੇਰਾ ਫਰਜ਼ ਵੀ ਹੈ। ਇਸ ਕਰਕੇ ਮੈਂ ਉਹਦੀਆਂ ਕੁਝ ਅਕੈਡਮੀ ਦੇ ਪੁਆਇੰਟ ਆਫ ਵਿਊ ਤੋਂ ਉਹਦੀਆਂ ਕੀ ਥੋੜ੍ਹੀ ਜਿਹੀ ਸਾਡੇ ਲਈ ਕੰਟਰੀਬਿਊਸ਼ਨ ਹੋ ਸਕਦੀ ਹੈ, ਮੈਂ ਉਹ ਦੇਖਣ ਦੀ ਕੋਸ਼ਿਸ਼ ਕਰ ਰਹੀ ਹਾਂ। ਹੁਣ ਡਾਕਟਰ ਨਿੱਕੀ ਹੋਣੀ ਇਸ ਲੈਵਲ ਦੇ ਉੱਤੇ
ਦਵੰਦ ਵੀ ਹੰਢਾ ਰਹੇ ਆ। ਉਹ ਦਵੰਦੇ ਆ, ਤੁਸੀਂ ਜਦੋਂ ਖਾਸ ਤੌਰ 'ਤੇ ਸਦਾ ਵਿਕਾਸ ਦਾ ਪਾਠ ਕਰੋ, ਕਿਉਂਕਿ ਇੱਕ ਪਾਸੇ ਮੋਡਰਨਿਟੀ ਖੜ੍ਹੀ ਹੈ, ਡਾਕਟਰ ਨੇ ਕਿਹਾ ਉਹਨੇ ਵਿਸ਼ਵ ਪੱਧਰ ਦੀਆਂ ਸੰਸਥਾਵਾਂ ਦੇ ਨਾਲ ਜੁੜੇ ਰਹੇ ਆ। ਸਾਈਕੈਟ੍ਰਿਸਟ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਂ ਹੈ, ਡਾਕਟਰ ਨੇ ਕੀ ਉਹਨਾਂ ਦਾ, ਉਹਨਾਂ ਨੇ ਸਾਡੇ ਕੋਲ ਉਹ ਸੈਕਸ ਕਾਲਰ ਬਹੁਤ ਰੇਅਰ ਹੋਣਗੇ ਜਿਨ੍ਹਾਂ ਨੇ ਆਪਣੀ ਜਵਾਨੀ ਦੀ ਉਮਰ ਦੇ ਵਿੱਚ ਦੁਨੀਆ ਦਾ ਸ਼ਾਹਕਾਰ ਲਿਟਰੇਚਰ ਪੜ੍ਹਿਆ ਹੋਵੇ। ਡਾਕਟਰ ਨੇ ਕੀ ਉਹ ਕੁਛ ਹੈਗੇ ਆ ਜਿਨ੍ਹਾਂ ਨੇ ਆਪਣੇ ਬਚਪਨ ਦੇ ਵਿੱਚ ਹੀ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਹਾਸਿਲ ਕੀਤਾ ਹੋਵੇ। ਡਾਕਟਰ ਨੇਕੀ 'ਚ ਇਹ ਗੱਲ ਹੈਗੀ ਹੈ। ਤਾਂ ਇਸ ਕਰਕੇ ਡਾਕਟਰ ਨੇਕੀ ਦੀ ਪਰਸਨੈਲਿਟੀ ਨੂੰ ਅਤੇ ਉਹਨਾਂ ਦੇ ਨਾਲ ਜਿਹੜਾ ਚਿੰਤਨ ਉਹਨਾਂ ਦੇ ਰਾਹੀਂ ਸਾਡੇ ਤੱਕ ਪਹੁੰਚਦਾ, ਉਹਦੀ ਸਿੱਖ ਅਧਿਐਨ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਸ ਮੰਨਦੀ। ਮੈਂ ਦਵੈਤ ਦੀ ਗੱਲ ਕੀਤੀ ਆ, ਡਾਕਟਰ ਨੇਕੀ ਮੈਂ ਜੇ ਥੋੜ੍ਹੀ ਜਿਹੀ ਪੜ੍ਹ ਕੇ ਗੱਲ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹਾਂਗਾ। ਖੈਰ ਮੇਰਾ ਪੇਪਰ ਇੱਥੇ ਥੋੜ੍ਹਾ ਜਿਹਾ ਖਿਦਰ ਗਿਆ, ਮੈਂ ਉਂਝ ਹੀ ਤੁਹਾਡੇ ਨਾਲ ਜਵਾਨੀ ਗੱਲ ਕਰਾਂ। ਇੱਕ ਪਾਸੇ ਡਾਕਟਰ ਨੇ ਕੀ, ਕਿਉਂਕਿ ਮੋਡਰਨਿਟੀ ਨਾਲ ਜੁੜੇ ਹੋਏ ਆ, ਮੋਡਰਨ ਸਿਸਟਮ ਨਾਲ, ਮੋਡਰਨ ਥੋਟ ਸਟਰਕਚਰ ਨਾਲ ਜੁੜੇ ਹੋਏ ਆ, ਇਸ ਕਰਕੇ ਇਹ ਸਾਖੀਆਂ ਨੂੰ ਥੋੜ੍ਹਾ ਰਿਜੈਕਟ ਵੀ ਕਰਨਗੇ ਸਾਨੂੰ, ਕਹਿੰਦੇ ਕਿ ਨਹੀਂ ਇਹ ਮਿਥਿਹਾਸਿਕ ਆ, ਮਨੋਕਰਤਾ ਕੁਝ ਐਵੇਂ ਡਾਕਟਰ ਕਰਨਗੇ। ਪਰੰਤੂ ਨਾਲ ਹੀ ਕੋਈ ਵੀ ਗੱਲ ਲਿਖ ਦਿੰਦੇ ਕਈ ਥਾਂ ਦੇ ਉੱਤੇ ਕਿ ਜਦੋਂ ਫਲਾਨੀ ਜਗ੍ਹਾ 'ਤੇ ਭਾਈ ਸਮੋਹਨ ਸਿੰਘ ਨੇ ਕੀਰਤਨ ਕੀਤਾ ਤਾਂ ਮੇਰੇ ਸਰੀਰ ਨੂੰ ਕੁਝ ਹੋਇਆ, ਮੈਨੂੰ ਐਂ ਲੱਗਿਆ ਕਿ ਜਿਵੇਂ ਚਕਾ ਚੌਂਦ ਛਾਈ ਹੋਈ ਆ ਮੇਰੇ ਆਲੇ ਦੁਆਲੇ, ਲੱਖਾਂ ਹੀ ਸੂਰਜ ਮੇਰੇ ਆਲੇ ਦੁਆਲੇ ਚਮਕ ਰਹੇ ਆ ਕਿ ਮੈਂ ਕਿੰਨਾ ਸਮਾਂ ਉੱਥੇ ਬੈਠਾ ਹੋਇਆ। ਇੱਕ ਵਾਰੀ ਉਹ ਜ਼ਿਕਰ ਕਰਦੇ ਮੇਰੀ ਸਾਹਿਤਕ ਸਵੈ ਜੀਵਨੀ ਦੇ ਵਿੱਚ ਕਿ ਬੱਚੇ ਨੇ ਕਿਤੇ ਕੀਰਤਨ ਕੀਤਾ, ਬਾਹਰ ਗਏ ਹੋਏ ਸੀ ਅਤੇ ਉਹ ਕੀਰਤਨ ਤੋਂ ਪਤਾ ਨਹੀਂ ਉਹਨਾਂ ਨੂੰ, ਕਹਿੰਦੇ ਮੈਨੂੰ ਕੀ ਹੋਇਆ ਕੀਰਤਨ ਦੇ ਬਾਅਦ, ਮੈਂ ਕਾਫੀ ਲੰਮਾ ਸਮਾਂ ਉੱਥੇ ਅਡੋਲ ਬੈਠਾ ਰਿਹਾ, ਮੈਨੂੰ ਨਹੀਂ ਪਤਾ ਲੱਗਿਆ ਮੇਰੇ ਨਾਲ ਕੀ ਹੋਇਆ। ਉਸ ਹੁਣ ਇਹ ਜਿਹੜੀ ਦਵੰਦਤਾ ਜੀ ਆ, ਇਹ ਡਾਕਟਰ ਨੇ ਕਿਹਦੇ ਵਿੱਚ ਆਉਂਦੀ ਹੈ, ਜਿਹੜੀ ਮੈਨੂੰ ਲੱਗਦੀ ਆ ਕਿ ਸ਼ਾਇਦ ਇਹ ਮਿਸਟਿਕ ਐਕਸਪੀਰੀਅੰਸ ਦਾ ਹੀ ਇੱਕ ਆਪਣਾ ਸੁਭਾਅ ਵੀ ਹੈਗਾ ਨੇਚਰ, ਕਿ ਮਿਸਟਿਕ ਐਕਸਪੀਰੀਅੰਸ ਗਿਆਨ ਦੇ ਨਾਲ ਉਨਾ ਜ਼ਿਆਦਾ ਜਬਤ ਵਿੱਚ ਕੰਟਰੋਲਡ ਨਹੀਂ ਵੀ ਹੁੰਦਾ ਜਿਵੇਂ ਬਿਸਮਾਲ ਆਮ ਤੌਰ 'ਤੇ ਹੁੰਦਾ। ਤਾਂ ਇਸ ਕਰਕੇ ਇੱਕ ਤਾਂ ਇਹ ਤੀਜਾ ਸੂਤਰ ਹੁੰਦਾ ਜਿਹੜੀ ਹੁਣ ਦੋ ਬਹੁਤ ਇੰਪੋਰਟੈਂਟ ਗੁਰਮਤ ਸਿਧਾਂਤਕਾਰੀ ਦੇ ਦ੍ਰਿਸ਼ਟੀਕੋਣ ਤੋਂ ਦੋ ਬਹੁਤ ਇੰਪੋਰਟੈਂਟ ਉਹਨਾਂ ਦੇ ਅਹਿਮ ਆਰਟੀਕਲ ਆ। ਇੱਕ ਉਹਨਾਂ ਦਾ ਸੁਗਿਆਨਕ ਗੁਰਮਤ ਮੀਮਾਂਸਾ, ਅੱਗੇ ਵਾਲਾ ਇੱਕ ਹੋਰ ਹੈ ਉਸੇ ਨਾਲੇ ਉਹਦਾ ਜੁੜਿਆ ਹੋਇਆ, ਉਹ ਮੈਨੂੰ ਉਹਦਾ ਨਾਂ ਨਹੀਂ, ਟਾਈਟਲ ਨਹੀਂ ਚੇਤੇ ਆ ਰਿਹਾ, ਲੰਬਾ ਜਿਹਾ ਥੋੜ੍ਹਾ ਟਾਈਟਲ ਹੈ। ਸੁਗਿਆਨਕ ਗੁਰਮਤ ਮੀਮਾਂਸਾ ਦੇ ਵਿੱਚ ਜਿਹੜਾ ਉਹਨਾਂ ਨੇ ਕੰਮ ਕੀਤਾ ਇੰਪੋਰਟੈਂਟ, ਉਹ ਇਹ ਕੀਤਾ ਕਿ ਉਹਨਾਂ ਨੇ ਕਿ ਸਿੱਖ ਅਧਿਐਨ ਦੀਆਂ ਕੀ ਆਧਾਰਭੂਤ ਧਾਰਨਾਵਾਂ ਹੋ ਸਕਦੀਆਂ, ਜੇ ਮਸਲਾ ਜਿਵੇਂ ਹੁਣ ਜੇ ਇੱਕ ਦੋ ਗੱਲਾਂ ਤੁਹਾਡੇ ਸ਼ੇਅਰ ਕਰਨੀਆਂ। ਉਹਨੇ ਪਹਿਲੀ ਜਿਹੜੀ ਇੰਪੋਰਟੈਂਟ ਗੱਲ ਦੱਸੀ ਆ ਕਿ ਸਿੱਖ ਅਧਿਐਨ ਦੀ ਜਿਹੜੀ ਆਧਾਰਭੂਤ ਧਾਰਨਾ ਪਹਿਲੀ ਹੋਣੀ ਚਾਹੀਦੀ ਹੈ ਉਹ ਇਹ ਹੋਣੀ ਚਾਹੀਦੀ ਆ ਕਿ ਸਿੱਖ ਅਧਿਐਨ ਨੂੰ ਨਿਰਾ ਹਿਸਟੋਰੀਸਿਟੀ ਅਤੇ ਸਾਮਿਕਤਾ ਇਹਦੇ ਨਾਲ ਡਿਫਾਈਨ ਨਹੀਂ ਕਰਨਾ ਚਾਹੀਦਾ ਸਾਨੂੰ। ਜਦੋਂ ਅਸੀਂ ਨਿਰੀ ਹਿਸਟੋਰੀਸਿਟੀ ਅਤੇ ਸਾਮਿਕਤਾ ਦੇ ਧਾਰਨਾ ਦੇ ਨਾਲ ਅਸੀਂ ਇਹਨੂੰ ਪੜ੍ਹਨ ਦੀ, ਇਹਦਾ ਵਿਸ਼ਲੇਸ਼ਣ ਕਰਨ ਦੀ, ਅਧਿਐਨ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡੇ ਸਾਹਮਣੇ ਉਹ ਨੈਚੁਰਲ ਸੈਕਸ ਸਟੱਡੀਜ਼ ਦਾ ਰੂਪ ਜਾਂ ਉਹਦੇ ਉਹ ਸਿੱਟੇ ਸਾਨੂੰ ਨਹੀਂ ਮਿਲਣਗੇ ਜਿਹੜੇ ਸੈਕਸ ਸਟੱਡੀਜ਼ ਦੇ ਆਪਣੇ ਮੌਲਿਕ ਆ, ਉਹਦੇ ਆਪਣੇ ਓਰੀਜਨਲ ਆ। ਉਹਨੇ ਇੱਕ ਦੂਜੀ ਬਹੁਤ ਸੋਹਣੀ ਧਾਰਨਾ ਦਿੱਤੀ ਆ ਕਿ ਗੁਰਬਾਣੀ ਦੇ ਵਿੱਚ ਜਿਹੜੀ ਦਰਸ਼ਨ ਆ, ਦਰਸ਼ਨ ਤਾਂ ਹੈ ਪਰ ਪ੍ਰਾਈਮੇਸੀ ਦਰਸ਼ਨ ਦੀ ਨਹੀਂ ਹੈਗੀ, ਇਹਦੇ ਵਿੱਚ ਵਿਚਾਰਸ਼ੀਲ ਪ੍ਰਗੀਤਕਤਾ ਉਹਨਾਂ ਨੇ ਕਿਹਾ ਕਿ ਗੁਰਬਾਣੀ ਦੇ ਵਿੱਚ ਭਾਵ ਇੱਕ ਸਰੂਦੀ ਹਿੱਸਾ, ਇੱਕ ਰਸੀਲਾ ਹਿੱਸਾ ਸਿੱਖ ਅਧਿਐਨ ਦੇ ਪਾਠ ਪਠਨ ਦੇ ਨੁਕਤੇ ਤੋਂ ਉਹਦੇ ਵਿੱਚ ਸ਼ਾਮਿਲ ਰਹਿਣਾ ਚਾਹੀਦਾ ਹੈ। ਇੱਕ ਹੋਰ ਇੰਪੋਰਟੈਂਟ ਨੁਕਤਾ ਹੈ, ਆਮ ਤੌਰ 'ਤੇ ਜਦੋਂ ਦਸਮ ਗ੍ਰੰਥ ਦੇ ਬਾਰੇ ਗੱਲ ਚੱਲਦੀ ਹੈ, ਜਿਹੜੀ ਮੈਂ ਗੱਲ ਕਰਿਆ ਤਾਂ ਜਦੋਂ ਵੱਡਾ ਸਕਾਲਰ ਗੱਲ ਕਰੇਗਾ ਉਹ ਕਿੰਨੇ ਬੈਲੈਂਸ ਨਾਲ ਗੱਲ ਕਰੇਗਾ। ਜਦੋਂ ਜੇ ਅਸੀਂ ਵੀ ਗੱਲ ਕਰੀਏ ਦਸਮ ਗ੍ਰੰਥ ਦੇ ਬਾਰੇ ਆਮ ਤੌਰ 'ਤੇ ਤਾਂ ਅਸੀਂ ਆਮ ਇੱਕ ਦੂਜੇ ਨਾਲ ਤੁੰਬਦਬਾਜ਼ੀ ਵਾਲੀ, ਥੋੜ੍ਹੀ ਤਣਾਅ ਵਾਲੀ ਪੁਜੀਸ਼ਨ ਬਣਾ ਲੈਂਦੇ ਹਾਂ, ਪੱਖ ਵਾਲੀ ਜਾਂ ਵਿਰੋਧ ਵਾਲੀ। ਪਰ ਜਦੋਂ ਵੱਡੇ ਸਕਾਲਰ ਗੱਲ ਕਰਦੇ ਆ ਉਹ ਕਿਸ ਤਰ੍ਹਾਂ ਕਰਦੇ ਆ? ਡਾਕਟਰ ਨੇ ਕੀ ਉਹਦੇ ਪੱਖ ਜਾਂ ਵਿਰੋਧ ਹੋਣ ਨਾਲ ਇਸ ਗੱਲ ਦੇ ਵਿੱਚ ਜ਼ਿਆਦਾ ਇੰਟਰਸਟਡ ਆ ਕਿ ਕੀ ਦਸਮ ਗ੍ਰੰਥ ਦੀ ਕੋਈ ਫਿਲੋਸੋਫੀਕਲ ਇੰਟਰਪ੍ਰੀਟੇਸ਼ਨ ਹੋ ਸਕਦੀ ਕਿ ਨਹੀਂ? ਉਹਨਾਂ ਦੇ ਸਾਹਮਣੇ ਇਹ ਨਹੀਂ ਹੈਗਾ ਕਿ ਮੈਂ ਪੱਖ 'ਚ ਬੋਲਣਾ ਜਾਂ ਵਿਰੋਧ 'ਚ ਬੋਲਣਾ। ਡਾਕਟਰ ਨੇ ਕੀ ਸਾਹਮਣੇ ਕੁਸਚਨ ਹੈ, ਉਹਨਾਂ ਸਾਹਮਣੇ ਕੁਸਚਨ ਇਹ ਆ ਕਿ ਦਸਮ ਗ੍ਰੰਥ ਨੂੰ ਇੱਕ ਟੈਕਸਟ ਵਜੋਂ ਜੇ ਮੈਂ ਪੜ੍ਹਾਂ ਤਾਂ ਕੀ ਇਹਦੀ ਕੋਈ ਫਿਲੋਸੋਫੀਕਲ ਇੰਟਰਪ੍ਰੀਟੇਸ਼ਨ ਹੋ ਸਕਦੀ ਹੈ? ਇਸ ਨੁਕਤੇ ਤੋਂ ਡਾਕਟਰ ਨੇਕੀ ਹੋਣਾ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਕਿ ਦਸਮ ਗ੍ਰੰਥ 'ਤੇ ਹੁਣ ਤੱਕ ਕੋਈ ਕਮੈਂਟਸ ਨਹੀਂ ਆਏ,
ਪੱਖ 'ਚ ਜਾਂ ਵਿਰੋਧ ਦੇ ਵਿੱਚ ਸਿੱਖ ਹੱਤਿਆਂ ਦੀ ਉਹ ਕਹਿੰਦੇ ਪ੍ਰੋਬਲਮ ਇਹ ਰਹੀ ਹੈ ਸਲਾਹ ਵਿਕਾਸ ਵਿੱਚ ਲਿਖਦੇ ਆ ਕਿ ਇਹਨੂੰ ਫਿਲੋਸੋਫੀਕਲ ਵਿਧੀ ਦੇ ਨਾਲ ਨਜਿੱਠਿਆ ਨਹੀਂ ਗਿਆ ਹੈ। ਜਿਹੜੇ ਕੁਐਸਚਨਸ ਆ ਕੁਐਸਚਨਸ ਨੂੰ ਪੱਖ ਜਾਂ ਵਿਰੋਧ ਦੀ ਦਿਰਦਵੰਦ ਬਣਾ ਕੇ ਇੱਕ ਤਣਾਅ ਵਾਲੀ ਪੁਜੀਸ਼ਨ ਬਣਾ ਲਈ ਜਾਂਦੀ ਆ। ਉਹ ਫਿਰ ਬਹੁਤੇ ਸਕੋਲਰ ਘੇਰਿਆਂ 'ਚ ਥੋੜ੍ਹੇ ਵੰਡੇ ਰਹਿੰਦੇ ਆ, ਉਹ ਇੱਕ ਨਿਕਟਤਾ ਨਹੀਂ ਬਣਦੀ, ਭਾਵ ਸਟੱਡੀਜ਼ ਅੱਗੇ ਵਿਕਸਿਤ ਨਹੀਂ ਹੁੰਦੀ ਸਿੱਖ ਹੱਤਿਆਂ ਦੀ। ਸੋ ਅਲਟੀਮੇਟਲੀ ਇਹ ਮੈਂ ਹੁਣ ਅਖੀਰ ਦੇ ਵਿੱਚ ਆਪਣੇ ਕਨਕਲੂਜ਼ਨ ਹੀ ਪੜ੍ਹਨਾ ਚਾਹਾਂਗਾ। ਗੁਰਮਤ ਚਿੰਤਨ ਨੂੰ ਸਿਧਾਂਤਕ ਰੂਪ ਦਿੰਦੇ ਵਕਤ ਉਹ ਕਿਸੇ ਸਿਧਾਂਤ ਨੂੰ ਸਧਾਰਨ ਢੰਗ ਨਾਲ ਬਾਣੀ ਦੇ ਹਵਾਲਿਆਂ ਰਾਹੀਂ ਸਥਾਪਿਤ ਨਹੀਂ ਕਰਦੇ, ਬਲਕਿ ਉਹਨਾਂ ਦੇ ਤੁਲਨਾਤਮਕ ਅਧਿਐਨ ਰਾਹੀਂ ਵਿਸ਼ਲੇਸ਼ਣ ਵੀ ਕਰਦੇ ਹਨ। ਉਹਨਾਂ ਲਈ ਗੁਰਮਤਿ ਸਿਧਾਂਤਕਾਰੀ ਨਿਰੋਲ ਰਸਮੀ ਧਰਮ ਸ਼ਾਸਤਰ ਵਾਂਗ ਸੰਕਲਪਕ ਵਿਸ਼ਲੇਸ਼ਣ ਨਾ ਹੋ ਕੇ ਜਿਗਿਆਸਾ ਦਾ ਸਾਧਨਾ ਵਿੱਚ ਪਰਿਵਰਤਿਤ ਹੋਣਾ ਵੀ ਹੈ। ਉਹਨਾਂ ਦੀਆਂ ਰਚਨਾਵਾਂ ਵਿੱਚ ਪ੍ਰਾਪਤ ਵਿਭਿੰਨ ਸੰਕਲਪਾਂ ਅਤੇ ਧਾਰਨਾਵਾਂ ਦੀ ਵਰਗਵੰਡ ਧਰਮ ਸ਼ਾਸਤਰ ਨਾਲੋਂ ਧਰਮ ਦਰਸ਼ਨ ਦੇ ਵਧੇਰੇ ਨੇੜੇ ਹੈ, ਪਰੰਤੂ ਕਈ ਥਾਵਾਂ 'ਤੇ ਗਿਆਨਮੁਖੀ ਦਿਸ਼ਾ ਸਧਾਰਨ ਜਾਂ ਪ੍ਰਚਲਿਤ ਨਤੀਜਿਆਂ ਵਿੱਚ ਵੀ ਰੁਚੀ ਲੈਣ ਲੱਗਦੀ ਹੈ। ਉਹਨਾਂ ਦੀ ਸਿਰਜਣਾ ਖੇਤਰ ਦਾ ਮੁੱਖ ਰੂਪ ਨਾਲ ਸਿਰਜਣਾਤਮਕ ਕਲਪਨਾ ਨਾਲ ਸੰਬੰਧਿਤ ਹੋਣਾ ਉਹਨਾਂ ਦੇ ਚਿੰਤਨ ਨੂੰ ਸਰੋਤੀ ਅਤੇ ਰਸੀਲੀ ਭਾਸ਼ਾ ਦੇ ਮਾਧਿਅਮ ਰਾਹੀਂ ਪ੍ਰਭਾਵਿਤ ਕਰਦਾ ਹੈ। ਆਮ ਤੌਰ 'ਤੇ ਕਿਸੇ ਸਰੋਤੀ ਰਚਨਾ ਜਾਂ ਜਿੰਨਾ ਸਿਰਜਣਾਤਮਕ ਹੋਣਾ ਸੰਭਵ ਹੈ, ਉਨਾ ਹੀ ਵਿਸ਼ਲੇਸ਼ਣਾਤਮਕ ਹੋਣਾ ਅਸੰਭਵ ਵੀ, ਪਰੰਤੂ ਡਾਕਟਰ ਨੇਗੀ ਦੀਆਂ ਰਚਨਾਵਾਂ ਵਿੱਚ ਵਿਸ਼ਲੇਸ਼ਣ ਅਤੇ ਸਰੋਤ ਇਕਾਗਰਤਾ ਵਿੱਚ ਦਿਖਾਈ ਦਿੰਦੇ ਹਨ। ਡਾਕਟਰ ਨੇਗੀ ਦੁਆਰਾ ਕੀਤੇ ਗੁਰਮਤਿ ਸਿਧਾਂਤਕਾਰੀ ਯਤਨ ਹੈ ਸਿੱਖ ਅਧਿਐਨ ਨੂੰ ਸਮਕਾਲੀ ਚੁਣੌਤੀਆਂ ਅਤੇ ਸੰਭਾਵਨਾਵਾਂ ਦੇ ਸਨਮੁੱਖ ਖੜਾ ਕੀਤਾ ਹੈ। ਧੰਨਵਾਦ।